ਤੁਸੀਂ ਕਿਸ ਐਂਗਲ ਤੋਂ ਲੈਂਦੇ ਹੋ ਕਿ ਅੱਜ ਭਾਰਤ ਦੀ ਨਾਰੀ ਭਾਰਤ ਦੀ ਔਰਤ ਦੀ ਸਥਿਤੀ ਕੀ ਹੈ ਔਰ ਕਿਉਂ ਔਰ ਕਿਵੇਂ ਹੈ। देखो जी आपां समझिए कि जे सब तो थले एससी समुदाय तो भी थले कोई चीज़ है तो वो औरत। जिस तरीके नाल किसान वड्डे पद्धर दे उत्ते 13 महीनियां दी लड़ाई लड़ के जित के वापस आए, ये जिहड़ी जाग लगी है चार नारी चेतना नू, नारी शक्ति नू और नारी दे स्वै अभिमान नू उच्चा चुकण लई मजबूत करन लई वो चिणग जिहड़ी है इन्हां प्लेयरां ने उत्थे लाती कि मेरा काम काम बंदे दा काम काम त्यो दा काम कुकड़म ते ए जी करदे की करदे आ जी ओ जी बाहर दिहाड़ी करदे आ जां नौकरी करदे आ तुसी की करदे आ जी मैं देखो जी ओ दा काम जेड़ा नौकरी कर रहा जां दिहाड़ी कर रहा असल मानिया च ओदे नालों दुगना काम आ। बिल्कुल समाज विच दस की दित्ता जिवें दलितां बारे ਵੀ ਇਹਨਾਂ ਦਾ ਕੰਮ ਤਾਂ ਕੰਮੇ ਨਹੀਂ ਆ, ਇਹਨਾਂ ਨੂੰ ਕਾਹਦਾ ਪੈਸਾ ਦੇਣਾ ਯਾਰ, ਆ ਦਿਓ ਬਸ ਬਾਸੀ ਰੋਟੀ ਦੇ ਦਿਓ ਆਪੇ ਖਾ ਲੈਣਗੇ। ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕੰਛੀ ਟੀਵੀ, ਸਵਾਗਤ ਹੈ ਜੀ ਜੈਗੁਰ ਦੇ। ਭਾਰਤ ਦੇ ਅੰਦਰ ਭਾਰਤ ਦੀ ਨਾਰੀ ਜਿਸ ਦੇ ਵਾਸਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਰਹਿਬਰਾਂ ਨੇ ਬਹੁਤ ਯਤਨ ਕੋਸ਼ਿਸ਼ ਕੀਤੇ ਕਿ ਉਹਨਾਂ ਹਾਲਾਤਾਂ ਦੇ ਵਿੱਚੋਂ ਮਰਦ ਦੇ ਬਰਾਬਰ ਲੈ ਕੇ ਆਉਣ ਦੇ ਲਈ, ਅਤੇ ਅੱਜ ਹਾਲਾਤ ਕਾਫੀ ਹੱਦ ਤੱਕ ਸੁਧਰੇ ਵੀ ਨੇ ਪਰ ਬਹੁਤੇ ਉਹਨੇ ਨਹੀਂ ਸੁਧਰ ਸਕੇ ਜਿੰਨੇ ਸਾਡੇ ਦੇਸ਼ ਭਗਤ ਚਾਹੁੰਦੇ ਸੀ। ਅਤੇ ਅੱਜ ਔਰਤ ਦੀ ਸਥਿਤੀ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਨੇ ਇਸ ਵੇਲੇ ਸਰਦਾਰ ਮਨਜੀਤ ਸਿੰਘ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੇ ਰਾਜਨੀਤਿਕ ਮਾਮਲਿਆਂ 'ਤੇ ਬਹੁਤ ਬਰੀਕੀ ਦੇ ਨਾਲ ਭੋਗ ਕਰਦੇ ਨੇ ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰਡ ਨੇ, ਆਓ ਆਪਾਂ ਸਵਾਗਤ ਕਰਦੇ ਹਾਂ ਜੀ। ਤੁਸੀਂ ਕਿਸ ਐਂਗਲ ਤੋਂ ਲੈਂਦੇ ਹੋ ਕਿ ਅੱਜ ਭਾਰਤ ਦੀ ਨਾਰੀ ਭਾਰਤ ਦੀ ਔਰਤ ਦੀ ਸਥਿਤੀ ਕੀ ਹੈ ਔਰ ਕਿਉਂ ਔਰ ਕਿਵੇਂ ਹੈ। ਦੇਖੋ ਜੇ ਆਪਾਂ ਸਮਝੀਏ ਕਿ ਜੇ ਸਭ ਤੋਂ ਥੱਲੇ एससी समुदाय तो भी थले कोई चीज़ है तो वो औरत है, क्योंकि औरत तो एससी भी हैगी है, वो सिख भी हैगी है, वो जट भी हैगी है, ब्राह्मण भी हैगी है, पर जो औरत का मामला होंदा वो एक डिग्री होर थले चले जाती हूँ। जी दलित औरत आ जी मजदूरी करके खाती है, घर च भी काम करती है, जो उसकी देखा जाए हालात अज के युग के है वो ਆਪਾਂ ਸ਼ਬਦਾਂ 'ਚ ਨਹੀਂ ਐਕਸਪਲੇਨ ਕਰ ਸਕਦੇ। ਮੈਂ ਤਾਂ ਇਹੋ ਗੱਲ ਕਿਉਂਕਿ ਮੈਂ ਕਾਫੀ ਪ੍ਰੋਜੈਕਟਸ ਕੀਤੇ, ਰਿਸਰਚ ਕੀਤੀ, ਖੋਜਬੀਨ ਕੀਤੀ, ਪਿੰਡੋ ਪਿੰਡੀ ਗਏ ਹਾਂ ਜੀ। ਇਹੀ ਕਾਰਨ ਆ, ਆਦਿਵਾਸੀ ਹੋਣ, ਦਲਿਤ ਹੋਣ ਔਰ ਔਰਤ ਹੋਣ, ਇਹ ਤਿੰਨਾਂ ਦਾ ਮਾਮਲਾ ਜਿਹੜਾ ਉਹ ਸਾਡੇ ਦੇਸ਼ ਲਈ ਅਜੇ ਜਿਹੜੀ 75 ਸਾਲ ਦੀ ਆਜ਼ਾਦੀ ਦਾ ਮਹਾਂ ਉਤਸਵ ਹੈਗਾ ਉਹਨਾਂ ਨੂੰ ਅਜੇ ਵੀ ਟੱਚ ਨਹੀਂ ਕੀਤਾ, ਉਹ ਨੇੜੇ ਤੇੜੇ ਉਹ ਰੋਸ਼ਨੀ ਉੱਥੇ ਆਜ਼ਾਦੀ ਦੀ ਨਹੀਂ ਪਾਉਂਦੀ। ਮੈਂ ਅੱਜ ਦੀ ਗੱਲ ਜਿਹੜੀ ਆ ਤੁਹਾਨੂੰ ਜਿਹੜਾ ਹੁਣ ਦਿੱਲੀ ਦੇ ਜੰਤਰ ਮੰਤਰ 'ਤੇ ਵੱਡਾ ਇੱਕ ਪ੍ਰੋਟੈਸਟ ਚੱਲ ਰਿਹਾ ਆ, 7 ਲੜਕੀਆਂ ਹੈਗੀਆਂ ਰੈਸਲਰ ਹਰਿਆਣੇ ਦੀ, ਬਿਲਕੁਲ ਉਹਨਾਂ ਨੇ ਇੱਕ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ ਉਹਦਾ ਨਾਂ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ, ਯੂਪੀ ਦਾ ਬੀਜੇਪੀ ਦਾ MP, ਜਿਹਦੇ ਉੱਤੇ ਸੁਣਨ 'ਚ ਆਇਆ ਕਿ 3 ਦਰਜਣਾਂ ਤੱਕ ਇੱਧਰ ਉੱਧਰ ਦੇ ਕੇਸ ਪਹਿਲਾਂ ਹੀ ਹੈਗੇ ਆ, ਮਰਡਰ ਤੱਕ ਦੇ ਕੇਸ ਹੈਗੇ, ਉਹਦੇ ਵਿਰੁੱਧ ਆਵਾਜ਼ ਉਠਾਉਣੀ ਉਹਨਾਂ ਲੜਕੀਆਂ ਵੱਲੋਂ। ਅੱਜ ਮੈਨੂੰ ਸਾਨੂੰ ਪਹਿਲੀ ਵਾਰੀ ਲੱਗਾ ਕਿ ਔਰਤ ਕੋਈ ਵੀ ਹੋਵੇ, ਇੱਕ ਸਾਡੇ ਜਿਹੜਾ ਆਦਮੀ ਪ੍ਰਧਾਨ ਸੋਚ ਫਲਸਫਾ ਸਮਾਜ ਇਹ ਕੀ ਹੈ ਜੀ, ਇਹ ਤਾਂ ਔਰਤ, ਉਹ ਤੂੰ ਉੱਥੇ ਬੈਠ, ਉਹ ਮੈਂ ਤੇਰੀ ਜਗ੍ਹਾ ਜਾਊਂ, ਸਰਪੰਚ ਬਣਾਇਆ, ਮੈਂ ਹੀ ਦਸਖਤ ਕਰ ਦੂੰ, ਮੈਂ ਹੀ ਮੀਟਿੰਗ ਕਰ ਲੂੰ, ਆਹ ਕੁਝ ਤੁਹਾਡੇ ਸਾਹਮਣੇ ਆ, ਰਿਜ਼ਰਵੇਸ਼ਨ ਕੀ ਕਰੂਗੀ। ਰਿਜ਼ਰਵੇਸ਼ਨ ਉਹ ਅਜੇ ਵੀ ਉਹਦਾ ਘਰ ਵਾਲਾ ਹੀ ਸਮਝਦਾ ਜਾਂ ਉਹਦਾ ਮੁੰਡਾ ਹੀ ਸਮਝਦਾ, ਮੈਂ ਹੀ ਜਾ ਨਾ ਮੀਟਿੰਗ ਤੂੰ ਬੈਠ ਇੱਥੇ ਤੂੰ ਆਪਣਾ ਘਰ ਦੇਖ। ਇਹ ਜਿਹੜਾ ਕਿ ਉਸਨੂੰ ਬਰਾਬਰ ਦਾ ਦਰਜਾ ਨਾ ਮਿਲਣਾ ਜਾਂ ਉਸਨੂੰ ਬਰਾਬਰ ਦੇ ਇਨਸਾਨ ਨਾ ਸਮਝਣਾ, ਕੰਮ ਤਾਂ ਕੰਮ ਆ ਕੋਈ ਵੀ ਕਰੇ, ਇਸ ਲਈ ਇਹ ਜਿਹੜਾ ਸਾਡੇ ਲਈ ਮੁੱਦਾ ਬਹੁਤ ਭਾਰੀ ਹੈ। ਇਸ ਬੱਚੀਆਂ ਨੇ ਪਹਿਲੀ ਵਾਰੀ ਦਿਖਾ ਦਿੱਤਾ ਕਿ ਅਸੀਂ ਹੋਰ ਕਿਸੇ ਕਿਸਮ ਦਾ ਸਾਡਾ ਸੈਕਸੁਅਲ ਐਕਸਪਲਾਈਟੇਸ਼ਨ ਜਾਂ ਤੁਸੀਂ ਸਾਨੂੰ ਕਿਸੇ ਕਿਸਮ ਦਾ ਹਰਾਸ ਕਰੋਗੇ, ਤੰਗ ਪਰੇਸ਼ਾਨ ਕਰੋਗੇ, ਸਾਨੂੰ ਐਕਸਪਲਾਈਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਮੈਦਾਨ ਦੇ ਵਿੱਚ ਝਾਂਸੀ ਦੀ ਰਾਣੀ ਵਾਂਗੂ ਉੱਠ ਕੇ ਲੜਾਈ ਦੇਵਾਂਗੇ। ਇਹ ਜਿਹੜੀ ਗੱਲ ਗੁਰਾ ਜੀ ਦੇਖਣ ਨੂੰ ਦੇਸ਼ ਵਿੱਚ ਇਸ ਵੇਲੇ ਪੂਰੀ ਚਰਚਾ ਆ, ਸੁਣਨ 'ਚ ਇਹ ਆਇਆ ਕਿ ਜਿਸ ਤਰੀਕੇ ਨਾਲ ਕਿਸਾਨ ਵੱਡੇ ਪੱਧਰ ਦੇ ਉੱਤੇ 13 ਮਹੀਨਿਆਂ ਦੀ ਲੜਾਈ ਲੜ ਕੇ ਜਿੱਤ ਕੇ ਵਾਪਸ ਆਏ, ਇਹ ਜਿਹੜੀ ਜਾਗ ਲੱਗੀ ਹੈ
चार नारी चेतना नू, नारी शक्ति नू, और नारी दे स्वै अभिमान नू उच्चा चुकन लई मजबूत कर लई ओ चिणग जिहड़ी है इन्हां प्लेयरां ने उत्थे ला की आ किहड़ा जिहड़ा उत्थे नहीं पिया मैं वडरा देखिया प्रियंका देखी राहुल तो शायद नहीं गया सारे किसान लीडर बलबीर सिंह राजेवाल उत्थे गए हरियाणे वाले लीडर गए राकेश टकैत उत्थे जाके आया भी उन्हां बच्चियां दे सिर ते हाथ असीं जाके आए हाँ केंद्रीय सिंह सभा वालों असीं इत्थों गए 8-10 लोग असीं उन्हां नूं जाके कहा तगड़ियां हो जाओ तुसीं बहुत तगड़ा काम कीता जे तुसीं ते पूरे देश की नारी नूं इस व्यवस्था दे विच उच्चा चुकण दा बीड़ा चुकिया घबरायो ना पूरा देश दे विदेश दे लोक तुहाडे नाल आ जिवें किसानां दे पिट पिछे पूरा देश आ के खड़ा हो गया इसलिए यह जिहड़ा मैं तुहानूं इक यूनिकी एग्जाम्पल दे के फिर यह दसूँगा जी कि औरत नूं भी उसकी सोच दे विच असीं की भर दिता कि मेरा काम काम बंदे दा काम काम ते उहदा काम कुकड़म कुछ भी नहीं है कुछ भी नहीं है सेंसस वाले आउंदे घर बिल्कुल बिल्कुल वो पुछदे आ तुसीं किन्ने आ जी असीं जी 5 जाने आ किन्ने बच्चे आ जी आ 3 बच्चे आ वो ना लिखा दिता ते ये जी घर दे की करदे आ जी वो जी बाहर दिहाड़ी करदे आ जां नौकरी करदे आ तुसीं की करदे आ जी मैं ते कुछ नहीं कुछ भी नहीं ਉਹਦਾ ਕੰਮ ਜਿਹੜਾ ਨੌਕਰੀ ਕਰ ਰਿਹਾ ਜਾਂ ਦਿਹਾੜੀ ਕਰ ਰਿਹਾ ਅਸਲ ਮਾਨਿਆਂ 'ਚ ਉਹਦੇ ਨਾਲ ਉਹ ਦੁੱਗਣਾ ਕੰਮ ਆ ਬਿਲਕੁਲ ਸਮਾਜ ਵਿੱਚ ਦੱਸ ਕੀ ਦਿੱਤਾ ਜਿਵੇਂ ਦਲਿਤਾਂ ਬਾਰੇ ਆ ਵੀ ਇਹਨਾਂ ਦਾ ਕੰਮ ਤਾਂ ਕੰਮੇ ਹੀ ਨਹੀਂ ਆ ਇਹਨਾਂ ਨੂੰ ਕਾਹਦਾ ਪੈਸਾ ਦੇਣਾ ਯਾਰ ਆ ਦਿਓ ਬਾਬਾ ਬਾਸੀ ਰੋਟੀ ਦੇ ਦਿਓ ਆਪੇ ਖਾ ਲੈਣਗੇ ਇਹ ਐਟੀਟਿਊਡ ਹੈ ਅੱਜ ਵੀ ਕਿਉਂ ਉਹ ਜਾਣੀ ਜਿਹੜੀ ਕੁੱਤਾ ਵੀ ਕਈ ਵਾਰੀ ਨਹੀਂ ਖਾਂਦਾ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਆ ਅਸੀਂ ਕੁੱਤੇ ਰੱਖਦੇ ਹਾਂ ਸਾਨੂੰ ਪਤਾ ਬੈਠ ਸਿਆ ਉਹ ਕਈ ਵਾਰੀ ਪੁਰਾਣੀ ਰੋਟੀ 3 ਦਿਨ ਪਹਿਲਾਂ ਵਾਲੀ ਨਹੀਂ ਖਾਂਦਾ ਕਿਉਂਕਿ ਪਰਾਂ ਚੱਲਦਾ ਕਹਿੰਦਾ ਸ਼ਰਮ ਨਹੀਂ ਆਉਂਦੀ ਸਾਨੂੰ ਵਾਲਾਂ ਕੱਢ ਦਾ ਦੇ ਵੀ ਮੈਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਰੋਟੀ ਵੀ ਨਹੀਂ ਤਾਜ਼ਾ ਦੇ ਸਕਦੇ ਮੈਨੂੰ ਇਹ ਗਾਲ ਕੱਢ ਕੇ ਪਰਾਂ ਚਲੇ ਜਾਂਦਾ ਇਹਨਾਂ ਨੂੰ ਆਪਾਂ ਨਹੀਂ ਇਹ ਜਿਹੜੀ ਜ਼ਬਾਨ ਸਾਡੀ ਉਹਨਾਂ ਦੀ ਉਨੀ ਮੇਰੀ ਛੱਡੀ ਇੱਕ ਇੱਥੇ ਜਿਹੜੀ ਔਰਤ ਦਾ ਮਾਮਲਾ ਮੈਂ ਜਦੋਂ ਉਹਨੂੰ ਪੁੱਛਦੇ ਆ ਨਾ ਉਹ ਸੰਸਦ ਵਾਲੇ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਭੁੱਲਿਆ ਨਹੀਂ ਕਿ ਤੇਰਾ ਮੈਂ ਤਾਂ ਜੀ ਕੁਛ ਨਹੀਂ ਕਰਦੀ ਕਿ ਕਰਦੀ ਕਿਉਂ ਨਹੀਂ ਤੂੰ ਸਭ ਤੋਂ ਪਹਿਲਾਂ ਉੱਠਦੀ ਆ ਸਾਰਿਆਂ ਨਿਆਣਿਆਂ ਨੂੰ ਨਵਾ ਧਵਾ ਕੇ ਸਕੂਲੇ ਭੇਜਦੀ ਆ ਫਿਰ ਤੂੰ ਉਹਦਾ ਆਪਣੇ ਹਸਬੈਂਡ ਨੂੰ ਤੋਰਦੀ ਆ ਫਿਰ ਤੂੰ ਆ ਕੇ ਆਪਣੇ ਬਾਕੀ ਦੇ ਸਾਫ਼ ਸਫਾਈ ਕਰਨੀ ਆ ਆਉਂਦੇ ਨੂੰ ਚਾਹ ਲੱਤਾਂ ਕੁੱਟਣੀਆਂ ਸਾਰੇ ਕੰਮ ਫਿਰ ਤੇਰੇ ਕੰਮ ਆ ਫਿਰ ਅਜੇ ਮੇਰਾ ਕੰਮ ਕੰਮ ਨਹੀਂ ਸਮਾਜ ਨੇ ਬਣਾ ਦਿੱਤਾ ਵੀ ਇਹ ਕੰਮ ਕੰਮ ਆ ਉਹ ਤਾਂ ਕੰਮ ਹੀ ਨਹੀਂ ਆ ਕਿਉਂਕਿ ਉਹਦੇ ਲਈ ਸਿੱਧਾ ਪੈਸਾ ਨਹੀਂ ਬਈ ਉਹ ਤਾਂ ਸਾਰੀ ਦੁਨੀਆ ਦੀ ਜਨਨੀ ਹੈ ਉਹ ਤਾਂ ਕੇਂਦਰ ਆ ਉਹ ਜਿਤਨਾ ਧਰਤੀ ਸਾਡੀ ਜੇ ਧਰਤੀ ਨਾ ਹੋਵੇ ਤਾਂ ਆਪਾਂ ਖੜੇ ਨਹੀਂ ਹੋ ਸਕਦੇ ਇਹ ਸਾਰਾ ਕਾਇਨਾਤ ਅਤੇ ਧਰਤੀ ਅਤੇ ਪਾਣੀ ਅਤੇ ਹਵਾ ਅਤੇ ਸੂਰਜ ਦੀ ਹੈ ਉਹ ਤਾਂ ਸਾਡਾ ਸੂਰਜ ਵੀ ਹੈ ਸਾਡੀ ਉਹ ਧਰਤੀ ਵੀ ਜਿਹੜੀ ਸਾਰਾ ਬੋਝ ਲੈ ਕੇ ਸਾਡਾ ਚੱਲ ਰਹੀ ਹੈ ਸਾਰਾ ਉਹਦੇ 'ਚ ਉਹਦਾ ਕਾਰੋਬਾਰ ਉਹ ਅਸਲ 'ਚ ਕੇਂਦਰ ਬਿੰਦੂ ਹੈ ਪਤਾ ਬੰਦੇ ਨੂੰ ਉੱਥਣ ਲੱਗਦਾ ਜਿਹਦੇ ਨੂੰ ਨਹੀਂ ਹੁੰਦੀ ਘਰ 'ਚ ਤਾਂ ਪਤਾ ਲੱਗਦਾ ਵੀ ਉਹਦੀ ਇੰਪੋਰਟੈਂਸ ਕੀ ਹੈ ਜਦੋਂ ਰੋਟੀ ਬਣਾਉਣ ਦੀ ਜਗ੍ਹਾ ਬ੍ਰੈਡ ਲਿਆ ਕੇ ਬਤਾ ਲਓਗੇ ਨਾ ਕੁਛ ਵੀ ਨਹੀਂ ਬ੍ਰੈਡ ਵੀ ਨਹੀਂ ਖਾਣੀ ਆਉਂਦੀ ਇਸ ਲਈ ਆਪਾਂ ਇੱਕ ਨਾ ਬੜੀ ਜਾਲੀ ਜ਼ਿੰਦਗੀ ਜੀਨੇ ਜੀ ਧੋਖੇਬਾਜ਼ ਔਰ ਪਖੰਡੀ ਜੀਵਨ ਜੀਨੇ ਆ ਆਪਾਂ ਨੂੰ ਜੋ ਚੀਜ਼ ਜਿਸ ਤਰ੍ਹਾਂ ਹੈਗੀ ਆ ਕੋਈ ਬਹੁਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈ ਕੋਈ ਫਲਸਫਾ ਪੜ੍ਹਨ ਦੀ ਲੋੜ ਵੀ ਨਹੀਂ ਹੈ ਬਹੁਤ ਪੜ੍ਹਾਈਆਂ ਡਿਗਰੀਆਂ ਕਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਚੀਜ਼ਾਂ ਤਾਂ ਅਸਲ 'ਚ ਦਿਖ ਰਹੀਆਂ ਉਹਨੂੰ ਮੰਨ ਲਓ ਕੀ ਹਰ ਗਿਆ ਜਿਹੜਾ ਕੰਮ ਕਰਦਾ ਉਹ ਵੀ ਕੰਮ ਕਰਦਾ ਜਿਹੜਾ ਨਹੀਂ ਕਰਦਾ ਨਹੀਂ ਕਰਦਾ ਜਿਹੜਾ ਕੰਮ ਕਰਦਾ ਉਹਨੂੰ ਉਹਦਾ ਪੈਸਾ ਦਿਓ ਬਣਦਾ ਜਿਹੜਾ ਨਹੀਂ ਕਰਦਾ ਉਹਦੇ ਚਾਰ ਲਾਓ ਤੂੰ ਕੰਮ ਕਿਉਂ ਨਹੀਂ ਕਰਦਾ ਬਈ ਇਸ ਕਰਕੇ ਇਹ ਗੱਲਾਂ ਤੁਸੀਂ ਹੋਰ ਹੀ ਕਾਰਨ ਬਣਾ ਕੇ ਕਿਸੇ ਹੋਰ ਹੀ ਪਾਸੇ ਗੱਲ ਨੂੰ ਲੈ ਜਾਂਦੇ ਆ ਕਿਉਂ ਕਿਉਂਕਿ ਕੁਛ ਕੁ ਲੋਕਾਂ ਨੂੰ ਉਹ ਸੋਚ ਫਾਇਦਾ ਪਹੁੰਚਾਉਂਦੀ ਆ ਕੁਛ ਨੂੰ ਉਹਦਾ ਜੀਵਨ ਬਰਬਾਦ ਕਰਦੀ ਆ ਜਿਹੜੀ ਸੋਚ ਅਸੀਂ ਪ੍ਰਚਲਿਤ ਸੋਚ ਕਰਦੇ ਹਾਂ ਸਮਾਜ ਦੇ ਅੰਦਰ ਜਿਹੜੀ ਸਮਾਜ ਦਾ ਦਿਮਾਗ ਪੈਦਾ ਕਰਦੇ ਹਾਂ ਕਰਦੇ ਕੌਣ ਆ ਧਰਮ ਕਰਦੇ ਆ ਜਿਸ ਤਰੀਕੇ ਨਾਲ ਜਿਸ ਤਰ੍ਹਾਂ ਮਨੁਵਾਦ ਦੀ ਫਲਸਫਾ ਕਰਦਾ ਆ ਹੋਰ ਇਹੋ ਜਿਹਾ ਬਹੁਤ ਕੁਝ ਆ ਸਾਡੀਆਂ ਸਰਕਾਰਾਂ ਵੀ ਕਰਦੀਆਂ ਸਰਕਾਰਾਂ ਦੇ ਈਵਨ ਜੋ ਕਾਇਦੇ ਕਾਨੂੰਨ ਆ ਜਿਸ ਕਿਸਮ ਨਾਲ ਲਾਗੂ ਹੁੰਦੇ ਆ ਉਹ ਵੀ ਇਹੋ ਹੀ ਇੱਧਰ ਨੂੰ ਚੱਲਦੇ ਆ ਉਹ ਤੋੜਦੇ ਨਹੀਂ ਇਸ ਵਿਵਸਥਾ ਨੂੰ ਇਸ ਵਿਵਸਥਾ ਨੂੰ ਬਦਲਣ ਦੀ ਗੱਲ ਤਾਂ ਕਰਦੇ ਆ ਪਰ ਬਦਲਣ ਦੇ ਨਾਂ ਦੇ ਉੱਤੇ ਆਪਣੇ ਢਿੱਡ ਬੂਟੇ ਕਰਕੇ ਚਲੇ ਜਾਂਦੇ ਆ ਇਸ ਵਿਵਸਥਾ ਹੋਰ ਵਿਗਾੜ ਜਾਂਦੇ ਆ ਸਰ ਜੀ ਜਿਵੇਂ ਤੁਸੀਂ ਦਿੱਲੀ ਦੀ ਗੱਲ ਕੀਤੀ ਆ ਉੱਥੇ ਲੜਕੀਆਂ ਅੰਦੋਲਨ ਕਰ ਰਹੀਆਂ ਅੱਜ ਜਿਹੜੇ ਸਾਡੀ ਵਿਚਾਰ ਚਰਚਾ ਸੁਣਦੇ ਹੋਣਗੇ ਦੁਨੀਆ ਭਰ ਦੇ ਵਿੱਚ ਕੰਛੀ ਟੀਵੀ ਦੀ ਸਕਰੀਨ ਦੇ ਅੱਗੇ ਉਹ ਇਹ ਵੀ ਸੋਚਦੇ ਹੋਣਗੇ ਵੀ ਔਰਤ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਔਰਤ ਹਰ ਕੁਰਸੀ 'ਤੇ ਆ
औरत ये ठीक है कि औरत को पांच सरपंच हर राजनीतिक अहदे से भी बिठाया जाता, प्रशासनिक कुर्सी से भी बिठाया जाता, भी औरत खुद ही मनोबल उसका इन्ना कमजोर है भी खुद ही नहीं अगे जाना चाहती, या औरत को रोकता ही कोई नहीं, ये की कहना चाहोगे? औरत को खुद भी तो हिम्मत करने की जरूरत है। देखो हिम्मत तो ता करूगी जी, उन्होंने हिम्मत करने का कोई माड़ा जहा मौका मिलेगा। अज इन बच्चिया ने मौका पैदा किया, क्यों कुड़िया दिया ठीक ठाक घर जो से पिछे जाट बरादरी हैगी है। मैं जिथों तक अंदाजा ला रहा, मैं कोई जातिगत एनालिसिस नहीं किया, जो देखने जाता। हाँ हाँ, कल राकेश ने कहा सारिया थापा तकड़ियां हो जाओ, बिगल बजा दो, पिंडो पिंडी रौला पा दो, इतने जंत्र मंत्र की जगह ना मिले। जो ये हो जाए असि और मौका दे जानी किसी किस्म की अपनी आजादी लिए सोच पाना भी वो टाइम नहीं होती, जो टाइम नहीं छड़ते जनू हिम्मत नहीं छड़ते। इस करके ढाडी एक कहना बड़ा ठीक लगता। मैं हूँ इस गल का किमें सप्रैशन मैं हमें दस, साढ़े पंजाब के पिंड है, पिंडा के जमीन का 90-95% हिस्सा जट ज होर ठीक ठाक जी जात को हैगा। ये मैं किसी को दोष नहीं दे रहा, साड़ी व्यवस्था यह जी, जेडे दलित भाईचारा है उन्होंने को 3% जमीन जी ऑपरेशनल होल्डिंग जी जमीन खेती वाली उन्होंने को, उन्होंने पिंड जनसंख्या किन्नी आ 37% 37-38% 37% जिनी पिंड 37% 3% जेडे बाकी 20-22% उन्होंने 95 हों फिर की है। जो तुम कहने कि उन्होंने लगना चाहिए, असी तो बतेरी बारी सन 71 च एक बार कोशिश की, किन्ने साल हो गए 50 साल तो माड़ा जहाँ अभी कहा वो ताकि यार बहुत माड़ी हालत आ, ये न्याणिया के कपड़े भी नहीं खरीदे जाते, रोटी कितों खानी है कुछ नहीं है, थोड़ा जहा कोशिश करो कि ता हालात सुधरे। जो तुम मैंने कहा बाईकाट खबरदार, जे खेतों साढ़े बड़े असं तुम जंगल पानी नहीं जान देंगे, साढ़े खेतों तो घा नहीं खोद सकते, आप पढ़ के दसो नाल ही सजा देती, जेड़ा इन्हों काम दूगा असं वह भी बाईकाट करा करता। यह पॉसीबल मतलब अज भी साढ़े देश के अंदर इस वे पत्थर के उत्ते जिन बैकलैश कहते हैं एक रोस पैदा किया गया, वो अज भी डरते मारे कि पिंड ही रहना और कितने चले जाने, और कोई जगह नहीं है, बगावत नहीं कर किसी अपने हक की मंग नहीं कर। हाँ यह गल मैं मानना कि उन्होंने कई बार तौर तरीके गलत हो सकते, उन्होंने भी सोचना चाहिए साढ़े जोड़े एग्रीकल्चर लेबर खेती है कि जेद को मंग रहे हैं वो आओ भी उन्होंने अद बचे मरे पे है इस वे उन्होंने हालत वो भी सुइसाइड कर रहे हैं। इस करके चाहिए यह है कि जोड़ा किसान अंदोलन के दौरान भी सामने आया कि जेडे जमींदार आ खेतीबाड़ी वाले आर मजदूर आठे चलन, पर मैं प्रैक्टिकली देखा भी वो देखने बैनर से लग जाता धरातल से फर्क कहना आजे टाइम लगेगा। ताइए तो मैं कहना कि बहुत कंप्लीकेटड मामले इस तरीके जोड़ा औरत का मामला वो तो घर च बची पी है, माड़ा जहा कुछ कहूगी चक के बाहर समान, ये हालत साढ़े है कि नहीं है। उसू भी जो तुम औरत आजादी देते तो जोड़ा मास्टर है मैं नहीं लगता वो भी चैन का चंगा जीवन जीता, जेदा जे गड्डी का पहिया एक कैदा हो कैदा हो गड्डी चंगी चलती है, बराबर माड़ी चलती है, बिल्कुल बहुत माड़ी चलती है। इस करके जे तुम पहिए बराबर करके चलाओगे तो बंदे भी फायदा, बंदे अकल ही नहीं इन्नी आती बनता रुतबा बनता इज्जत मान स्वैमान जो भी स्थान कानूनन हक समाज एक नवी जगह जो असीं दिने समाज का सुंदर हो बच्चे भी सुंदर होंगे चंगी सोच वाले, क्योंकि चंगी मां ने ही चंगे बच्चे पालने, जे तुसी उन्हूं चंगा जीवन ना दिता तुहाडी औलाद भी उहो जी होगी, क्योंकि छप्पा ते पैना है दुध ते उहदा ही पीना बच्चिया ने, तुसी ते अपना काम ते लगे हैं देखदी ते उह वा, जे औरत चंगी होगी सियाणी होगी। इसलिए मैनूं लगता है साडे देश दे विच तीन समाजिक तीन धिरी समाजिक इनकलाब की सख्त लोड़ है, आदिवासी जी औरत ते दलित।
जे ए समाजिक तौर पर इनकलाब नहीं होंगे बाकी सारे राजनीतिक डेमोक्रेसी के बड़े बड़े अर्थव्यवस्था कोई माने नहीं रखती कि साडा जीवन ही समाजिक जीवन ही दुब्बर जीवन आ और वो आनंदमयी नहीं है उस सानू शांति नहीं है वो असी उसनू जीवन में पूरा भरपूर तौर पर जीन के मौके नहीं है तो फिर असी की लैना कट्टे ने मन तो मझ तो की लैना जब उन्हें एक किलो मिलना उन्हें भुक्के ही मारना सानू इतने अडानिया अंबानिया तो की लैना जब गरीब को तनखाह नहीं मिलनी तो औरत बनता रुतबा नहीं है। बिल्कुल जी ये अज औरत बनता रुतबा देने की लड़ है तद ही समाज के बराबरता आएगी। ये ठीक असी सारे धर्मी हाँ पर धर्मां की गल नहीं मरते क्योंकि साढ़े सारे गुरु साहबाना ने औरत बराबर का दर्जा दिता पर असी देने तैयार नहीं इसे सानू सारू बहुत घोखना चाहिए बरीकी ना सोचने की लड़ हैगी जिमें प्रोफेसर मनजीत सिंह जी हुणा ने अपनी गल बहुत बरीकी दे नाल रखी है तो आओ आप समाज में तब्दीली लेके आईए क्रांति लेके आईए सारे बराबरता लेके आईए तो गुरु साहबाना के फलसफे को समझ के उदे ते चलन की कोशिश करिए। सरदार जी धन्यवाद जी बहुत बहुत शुक्रिया धन्यवाद जी बहुत आनंद आया जी धन्यवाद जय पी